ਗੂਗਲ ਇੱਕ ਵੱਡੀ ਟੈਕਨੋਲੋਜੀ ਕੰਪਨੀ ਹੈ ਜੋ ਬਹੁਤ ਸਾਰੇ ਖੇਤਰਾਂ ਵਿੱਚ ਸਭ ਤੋਂ ਅੱਗੇ ਹੈ, ਜਿਵੇਂ ਕਿ ਸਰਚ ਇੰਜਣ ਅਤੇ ਸਿਸਟਮ ਜੋ ਮੋਬਾਈਲ ਫੋਨਾਂ ਨੂੰ ਚਲਾਉਂਦੇ ਨੇ, ਅਤੇ ਕਿਸੇ ਹੋਰ ਕੰਪਨੀ ਦਾ ਇਸ 'ਤੇ ਜ਼ਿਆਦਾ ਪ੍ਰਭਾਵ ਨਹੀਂ ਹੈ। ਇੱਕ ਨਵੀਂ ਖਬਰ ਮੁਤਾਬਕ ਗੂਗਲ ਹਰ ਮਿੰਟ 2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ, ਭਾਵੇਂ ਕਿ ਉਹ ਆਪਣੀ ਕਈ ਸੇਵਾਵਾਂ ਲਈ ਲੋਕਾਂ ਤੋਂ ਪੈਸੇ ਨਹੀਂ ਲੈਂਦਾ। ਗੂਗਲ ਦਾ ਮੋਬਾਈਲ ਫੋਨ ਓਪਰੇਟਿੰਗ ਸਿਸਟਮ ਐਂਡਰਾਇਡ OS ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਗੂਗਲ ਸਮਾਰਟ ਘੜੀਆਂ, ਸਮਾਰਟ TV ਅਤੇ ਟੈਬਲੇਟ ਲਈ ਸਿਸਟਮ ਵੀ ਬਣਾਉਂਦਾ ਹੈ ਜੋ ਕਰੋੜਾਂ ਲੋਕਾਂ ਕੋਲ ਮੌਜੂਦ ਹੈ। ਇਸ ਦੇ ਬਾਵਜੂਦ ਕੰਪਨੀ ਮੁੱਖ ਤੌਰ 'ਤੇ ਇਸ਼ਤਿਹਾਰਾਂ ਰਾਹੀਂ ਅਰਬਾਂ ਰੁਪਏ ਕਮਾ ਲੈਂਦੀ ਹੈ। ਗੂਗਲ ਦੀ ਮੁੱਖ ਆਮਦਨ ਇਸ਼ਤਿਹਾਰਾਂ ਤੋਂ ਆਉਂਦੀ ਹੈ ਜੋ ਇਸਦੇ ਸਾਰੇ ਉਤਪਾਦਾਂ 'ਤੇ ਦਿਖਾਈ ਦਿੰਦੀ ਹੈ। ਜਦੋਂ ਕੋਈ ਵਿਅਕਤੀ ਗੂਗਲ 'ਤੇ ਕੁਝ ਸਰਚ ਕਰਦਾ ਹੈ ਤਾਂ ਸਭ ਤੋਂ ਉੱਪਰ ਇਸ਼ਤਿਹਾਰ ਦਿਖਾਈ ਦਿੰਦੇ ਨੇ, ਜਿਸ ਲਈ ਗੂਗਲ ਕੰਪਨੀਆਂ ਤੋਂ ਕਾਫ਼ੀ ਪੈਸੇ ਲੈਂਦਾ ਹੈ। ਇਸ ਤੋਂ ਇਲਾਵਾ ਗੂਗਲ ਆਪਣੀਆਂ ਸੇਵਾਵਾਂ ਜਿਵੇਂ ਕਿ YouTube, ਗੂਗਲ ਪਲੇ ਸਟੋਰ ਅਤੇ ਗੂਗਲ ਮੈਪਸ ਤੋਂ ਵੀ ਕਮਾਈ ਕਰਦਾ ਹੈ, ਜਿੱਥੇ ਇਸ਼ਤਿਹਾਰ ਦਿਖਾਏ ਜਾਂਦੇ ਨੇ। ਗੂਗਲ ਆਪਣੀ ਨੈਵੀਗੇਸ਼ਨ ਸੇਵਾ ਗੂਗਲ ਮੈਪਸ ਦੀ ਵਰਤੋਂ ਕਰਨ ਲਈ ਯਾਤਰਾ ਐਪਸ ਬਣਾਉਣ ਵਾਲੀਆਂ ਕੰਪਨੀਆਂ ਤੋਂ ਸਰਵਿਸ ਚਾਰਜ ਲੈਂਦਾ ਹੈ, ਜੋ ਉਹਨਾਂ ਦੀ ਕਮਾਈ ਦਾ 30% ਤੱਕ ਹੋ ਸਕਦਾ ਹੈ। ਇਸ ਤੋਂ ਇਲਾਵਾ ਗੂਗਲ ਆਪਣੀਆਂ ਕਲਾਊਡ ਸੇਵਾਵਾਂ ਜਿਵੇਂ ਕਿ ਗੂਗਲ ਡਰਾਈਵ ਦੀ ਸੰਸਥਾ ਦੁਆਰਾ ਵੀ ਕਮਾਈ ਕਰਦਾ ਹੈ, ਜੋ ਨਿੱਜੀ ਅਤੇ ਵਪਾਰਕ ਵਰਤੋਂ ਦੋਵਾਂ ਲਈ ਕਲਾਊਡ ਸਟੋਰੇਜ ਪ੍ਰਦਾਨ ਕਰਦਾ ਹੈ।